ਡੇਰਾਬੱਸੀ ਵਿੱਚ ਰਾਮਲੀਲਾ ਗਰਾਊਂਡ ਨੇੜੇ ਇੱਕ ਪੁਰਾਣੀ ਬੰਦ ਮਸਜਿਦ ਨੂੰ ਰਾਤ ਦੇ ਹਨੇਰੇ ਵਿੱਚ ਢਾਣ ਨੂੰ ਲੈ ਕੇ ਝਗੜਾ ਹੋ ਗਿਆ। ਮੁਸਲਿਮ ਭਾਈਚਾਰੇ ਵੱਲੋਂ ਮਸਜਿਦ ਢਾਏ ਜਾਣ ਦਾ ਪਤਾ ਲੱਗਦਿਆਂ ਹੀ ਮੌਕੇ ਤੇ ਪਹੁੰਚ ਗਏ। ਮਾਹੌਲ ਗਰਮ ਹੁੰਦਾ ਦੇਖ ਜੇਸੀਬੀ ਅਤੇ ਟਰੈਕਟਰ ਟਰਾਲੀ ਚਾਲਕ ਮੌਕੇ ਤੇ ਫਰਾਰ ਹੋ ਗਏ। ਮੁਸਲਿਮ ਭਾਈਚਾਰੇ ਦੀ ਖਾਤਰ ਲੋਕ ਮਸਜਿਦ ਢਾਉਣ ਵਾਲੇ ਖਿਲਾਫ ਕਾਰਵਾਈ ਦੀ ਮੰਗ ਤੇ ਅੜੇ ਰਹੇ। 11 ਵਜੇ ਤੋਂ ਰਾਤੀ 3 ਵਜੇ ਤੱਕ ਥਾਣੇ ਦੇ ਬਾਹਰ ਧਰਨਾ ਵੀ ਦਿੱਤਾ ਗਿਆ ਤੇ ਸਵੇਰੇ ਜਦੋਂ ਪੁਲਿਸ ਨੇ ਉਕਤ ਵਿਅਕਤੀ ਬਾਰੇ ਸੂਚਿਤ ਕਰਕੇ ਮਾਮਲਾ ਦਰਜ ਕਰਕੇ ਮਾਹੌਲ ਸ਼ਾਂਤ ਕਰਵਾਇਆ। ਇਸ ਮਾਮਲੇ ਵਿੱਚ ਨਿੱਜੀ ਪੱਤਰਕਾਰ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੇਰਾ ਗਫਾਰ ਅਲੀ ਨਾਮ ਹੈ ਜੀ। ਅੱਜ ਇਹ ਇੱਕ ਪੁਰਾਣੀ ਮਸਜਿਦ ਹੈ ਆਪਣੀ ਸੰਨ 47 ਤੋਂ ਪਹਿਲੇ ਦੀ ਜੀ, ਤੇ ਉੱਥੇ ਰਾਤ ਨੂੰ ਪਤਾ ਚੱਲਿਆ ਜੀ 11 ਸਾਢੇ 11 ਵਜੇ ਦੇ ਕਰੀਬ ਬੰਦੇ ਨੇ ਜੇਸੀਬੀ ਲਗਾ ਰੱਖੀ ਮਸਜਿਦ ਤੋੜਤੀ ਜੀ। ਟਰੈਲੀਆਂ ਦੇ ਜੇਸੀਬੀਆਂ ਨਾਲ ਮਸਜਿਦ ਤੋੜ ਰਹੇ ਸੀਗੇ। ਜਦੋਂ ਬਰਾਦਰੀ ਦੇ ਬੰਦੇ ਇਕੱਠੇ ਹੋਏ ਜੀ, ਭੱਜ ਦੌੜ ਮਸਜਿਦ ਇੱਕ ਬੰਦੇ ਨੂੰ ਪਕੜ ਕੇ ਆਪਾਂ ਖੁਦ ਪੁਲਿਸ ਵਾਲਿਆਂ ਨੂੰ ਦਿੱਤਾ ਜੀ। ਹੁਣ 4-5 ਘੰਟੇ ਹੋ ਗਏ ਅੰਦਰ ਬੈਠਣ ਨੂੰ ਜੀ, ਪਰਚਾ ਨਹੀਂ ਕਰ ਰਹੇ। ਰਾਤ ਨੂੰ ਕੌਣ ਹੈ ਬੰਦਾ ਅੰਦਰ? ਨਾਮ ਮੋਬਾਈਲ ਦਾ ਕੰਮ ਕਰਦਾ ਜੀ ਮੁੰਡਾ, ਉਹਦਾ ਨਾਮ ਸੀਗਾ ਰੋਹਿਤ, ਰੋਹਿਤ ਨਾਮ ਹੈ ਜੀ। ਕਿੰਨੇ ਬੰਦੇ ਆਏ ਬਾਈ? 20-25 ਬੰਦੇ ਉਹਨਾਂ ਨੇ ਹੋਰ ਬੁਲਾਏ ਹੋਏ ਸੀਗੇ ਬਾਹਰੋਂ ਪਿੰਡਾਂ ਤੋਂ, ਤੇ ਉਹਦੀ ਮਦਰ ਵੀ ਉੱਥੇ ਸੀਗੀ। ਉਹ ਮਦਰ ਕਹਿੰਦੀ ਜੀ ਵੀਡੀਓ ਹੈ ਸਾਡੇ ਕੋਲ, ਕਹਿੰਦੀ ਤੁਹਾਡੀ ਮੁੱਲਿਆਂ ਦੀ ਦਾੜੀ ਪਾੜ ਦੂੰਗੀ, ਤੁਹਾਡਾ ਹੈ ਕੀ ਹੈ ਇੱਥੇ? ਬੰਦੇ ਕਿੰਨੇ ਚੱਕੇ ਜੀ? ਬੰਦਾ 1 ਅਰੈਸਟ ਕਰਿਆ ਹੋਇਆ ਜੀ, ਬਾਕੀ ਤਾਂ ਭੱਜ ਗਏ ਸੀਗੇ ਜੀ। ਕਿੰਨੇ ਵਜੇ ਦੀ ਗੱਲ ਹੈ? ਇਹ 11:30 ਵਜੇ ਰਾਤ ਦੀ ਗੱਲ ਹੈ ਜੀ। ਹੁਣ ਦੇਖ ਲਓ ਟਾਈਮ, ਆਪਾਂ FIR ਵਾਸਤੇ ਖੜੇ ਆ ਜੀ, ਇੰਨੀ ਦੇਰ ਹੋ ਗਈ ਅੰਦਰ, ਤੇ 2 ਵਜ ਗਏ ਜੀ। ਕੁਛ ਨਹੀਂ ਕੀਤਾ, ਕੁਛ ਨਹੀਂ ਜੀ, ਬਸ ਕਹਿੰਦੇ ਸਵੇਰੇ ਆ ਜਿਓ, ਸਵੇਰੇ ਦੇਖਾਂਗੇ, ਸਵੇਰੇ ਆ ਜਿਓ, ਸਵੇਰੇ ਦੇਖਾਂਗੇ ਜੀ। ਤੁਸੀਂ ਕੀ ਜਾਣਦੇ ਹੋ? ਆਪਾਂ ਤਾਂ ਇਹ ਜਾਣਦੇ ਜੀ, ਸਾਨੂੰ ਪਰਚਾ ਦਿਓ, ਆਪਾਂ ਆਪਣੇ ਘਰ ਜਾਈਏ ਜੀ। ਕਿਹਦੇ ਖਿਲਾਫ ਮੰਗਦੇ ਹੋ ਕਾਰਵਾਈ? ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਮਸਜਿਦ ਤੋੜੀ ਹੈ ਜੀ। ਰੋਹਿਤ ਹੈਗਾ, ਉਹਦਾ ਭਰਾ ਹੈਗਾ ਜੀ, ਤੇ ਉਹਦੀ ਮਦਰ ਹੈਗੀ ਜੀ, ਤੇ 15-20 ਬੰਦੇ ਨੂੰ ਪਛਾਤੇ ਨੇ ਜੀ, ਕੰਪਲੇਂਟ ਦਈ ਆ ਆਪਾਂ ਉਹਨਾਂ ਨੂੰ। ਤੋੜ ਕਾਹਦੇ ਨਾਲ ਰਹੇ ਸੀ? ਹਾਂਜੀ, ਤੋੜੀ ਕਾਹਦੇ ਨਾਲ? ਜੇਸੀਬੀ ਲਗਾ ਰੱਖੀ ਸੀਗੀ ਤੋੜਨ ਨਾਲ ਜੀ, ਮਜ਼ਦੂਰ ਵੀ ਨਹੀਂ ਲਾਏ ਹੋਏ ਸੀਗੇ, ਜੇਸੀਬੀ ਨਾਲ ਮਸਜਿਦ ਤੋੜਦੀ। ਜਦੋਂ ਤੁਸੀਂ ਆਏ ਫਿਰ ਉਸ ਟਾਈਮ ਜੇਸੀਬੀ ਵਾਲਾ ਕਿੱਦਾਂ? ਜੇਸੀਬੀ ਵਾਲਾ ਭੱਜ ਗਿਆ ਜੀ ਉਸ ਟਾਈਮ, ਬੰਦੇ ਇਕੱਠੇ ਹੋਏ ਤੇ ਜੇਸੀਬੀ ਵਾਲਾ ਤੇ ਟਰੈਕਟਰ ਟਰਾਲੀ ਵਾਲਾ ਭੱਜ ਗਿਆ ਜੀ। ਉਹਦਾ ਕੋਈ ਸਬੂਤ ਹੈਗਾ ਤੁਹਾਡੇ ਕੋਲ? ਵੀਡੀਓ ਹੈਗੀ ਸਾਡੇ ਕੋਲ ਜੀ ਜੇਸੀਬੀ ਦੀ ਜੀ। ਬਹੁਤ ਖਰਾਬ ਹੋ ਗਿਆ, 2 ਵਜੇ ਮੈਨੇ ਥਾਣੇ ਦੇ ਬਾਹਰ ਬਹੁਤ ਦੇਰ ਪ੍ਰੋਟੈਸਟ ਕੀਤਾ। ਦੇਖੋ ਰਾਤ ਨੂੰ ਸਾਡੇ ਕੋਲ ਇੱਕ ਲੇਟ ਨਾਈਟ ਇਨਫੋਰਮੇਸ਼ਨ ਆਈ ਸੀ ਵੀ ਇੱਥੇ ਇੱਦਾਂ ਕਰਕੇ ਇੱਕ ਮਸਜਿਦ ਹੈ, ਪੁਰਾਣੀ ਮਸਜਿਦ ਹੈ, ਕਾਫੀ ਪੁਰਾਣੀ ਮਸਜਿਦ ਹੈ ਜਿਹੜੀ ਕਿ ਬੰਦ ਪਈ ਹੋਈ ਹੈ। ਉਹਦਾ ਕੋਈ ਆਪਸ 'ਚ ਰੌਲਾ ਚੱਲ ਰਿਹਾ ਸੀਗਾ, 2 ਪਾਰਟੀਜ਼ ਦਾ, ਮੁਸਲਿਮ ਕਮਿਊਨਿਟੀ ਵਾਕਫ ਬੋਰਡ ਦਾ ਅਤੇ ਇੱਕ ਉੱਥੇ ਕੋਈ ਸੈਣੀ ਹੈ, ਮਿਸਟਰ ਸੈਣੀ ਹੈ, ਉਹਨਾਂ ਦਾ ਆਪਸ ਚੱਲ ਰਿਹਾ ਸੀਗਾ, ਜਿਹਦੇ ਕੋਰਟ ਦੇ ਕੇਸਿਸ ਵੀ ਚੱਲ ਰਹੇ ਨੇ। ਅਤੇ ਦੂਸਰੀ ਪਾਰਟੀ ਵੱਲੋਂ ਜਿਹੜੀ ਵਾਕਫ ਬੋਰਡ ਵਾਲੀ ਪਾਰਟੀ ਸੀ, ਮੁਸਲਿਮ ਪਾਰਟੀ ਵੱਲੋਂ ਇਹ ਅਲੈਜ ਕੀਤਾ ਗਿਆ ਸੀਗਾ ਵੀ ਹਾਂ ਵੀ ਉਹਨਾਂ ਨੇ ਉੱਥੇ ਕੰਧ ਤੋੜਨ ਦੀ ਕੋਸ਼ਿਸ਼ ਕੀਤੀ ਹੈ ਜੇਸੀਬੀ ਦੇ ਨਾਲ, ਅਤੇ ਉਹਨਾਂ ਨੂੰ ਗਲਤ ਬੋਲਿਆ, ਅਤੇ ਉਹਨਾਂ ਦੇ ਧਰਮ ਦੇ ਖਿਲਾਫ ਜੇ ਬੋਲਿਆ, ਉਹਨਾਂ ਨੂੰ ਕੁਛ ਗਲਤ ਸ਼ਬਦ ਬੋਲੇ ਨੇ, ਅਤੇ ਉਹ ਪੁਲਿਸ ਨੇ ਉਹਨਾਂ ਦਾ ਸਟੇਟਮੈਂਟ ਲਿਖ ਕੇ ਜੋ ਸੀਗਾ ਐਕਸ਼ਨ ਲੈ ਕੇ ਉਹਦੇ 'ਚ ਪ੍ਰੋਪਰ ਅਸੀਂ FIR ਲੌਜ ਕਰਦੀ ਹੈ, ਜਿਹੜੀ ਉਹਨਾਂ ਨੇ ਜੋ ਸਟੇਟਮੈਂਟ ਦਿੱਤੀ ਉਹਦੇ ਅਕੋਰਡਿੰਗ ਹੀ FIR ਲੌਜ ਕਰਦੀ ਹੈ, ਅਤੇ ਜਿਹੜਾ ਦੋਸ਼ੀ ਉਹਨੂੰ ਅਰੈਸਟ ਕਰ ਲਿਆ, ਅਤੇ ਜਿਹੜੀ ਪਾਰਟੀ ਹੈ ਜਿਨ੍ਹਾਂ ਨੇ ਕੰਪਲੇਨਰ ਨੇ ਉਹ ਸੈਟਿਸਫਾਈਡ ਨੇ, ਅਤੇ ਮਾਹੌਲ ਠੀਕ ਹੈ, ਕੋਈ ਇੰਨੀ ਵੱਡੀ ਗੱਲ ਨਹੀਂ ਸੀ। ਰਾਤ ਨੂੰ ਉਹਨਾਂ ਨੂੰ ਇਹ ਸੀਗਾ ਵੀ ਹਾਂ ਵੀ ਇੱਕੋ ਦਮ ਜਦੋਂ ਹੋਇਆ ਕੁਛ 'ਚ ਐਲੀਮੈਂਟਸ ਵਗੈਰਾ, ਜਾਂ ਉਹਨਾਂ ਨੂੰ ਲੱਗਦਾ ਵੀ ਹਾਂ ਵੀ ਇਹ ਕਾਰਵਾਈ ਨਹੀਂ ਹੋਊਗੀ, ਪਰ ਪੁਲਿਸ ਨੇ ਜਿਹੜੀ ਸੀਗੀ ਵਿਦਇਨ ਜੋ ਸਟਿਪੂਲੇਟਡ ਟਾਈਮ ਸੀਗਾ, ਜੋ ਟਾਈਮ ਸੀਗਾ, ਉਹਦੇ 'ਚ ਕਾਰਵਾਈ ਕੀਤੀ ਹੈ, ਦੋਸ਼ੀ ਨੂੰ ਵੀ ਫੜ ਲਿਆ, ਅਤੇ ਮਾਹੌਲ ਠੀਕ ਹੈ ਹੁਣ। ਜੋ ਵੀ ਉਹਨਾਂ ਨੇ ਸਟੇਟਮੈਂਟ ਦਿੱਤੀ ਸੀਗੀ ਅਕੋਰਡਿੰਗਲੀ ਵੀ ਹਾਂ ਵੀ ਉਹਨਾਂ ਨੂੰ ਜਿਹੜੀ ਹੈ ਉਹਨਾਂ ਦੇ ਬਾਰੇ ਅਪਸ਼ਬਦ ਬੋਲੇ ਧਰਮ ਬਾਰੇ ਉਹਦੇ ਅਕੋਰਡਿੰਗ, ਅਤੇ ਇੱਕ ਜਿਹੜਾ ਕੰਧ ਨੂੰ ਨੁਕਸਾਨ ਪਹੁੰਚਾਇਆ ਉਹਦੇ ਰਿਗਾਰਡਿੰਗ ਅਸੀਂ ਦੋਨਾਂ ਧਰਾਂ ਦੇ ਅੰਦਰ ਕੀਤਾ ਜੀ। ਇੱਕ ਮੁਸਲਿਮ ਸਮਾਜ 'ਚ ਡਰ ਹੈ, ਇੱਕ ਵਿੱਚ ਪ੍ਰੈਸ ਰਿਪੋਰਟਰ ਹੈ ਮੁੰਡਾ, ਕੋਈ ਲੋਕਲ ਪੇਪਰ ਕਰਦਾ ਹੈ, ਉਹਦੇ ਕਰਕੇ ਉਹਨਾਂ ਨੂੰ ਲੱਗਦਾ ਕਿ ਮਾਮਲੇ ਨੂੰ ਜਾਣ ਕੇ ਦਬਾਇਆ ਜਾ ਰਿਹਾ ਹੈ, ਥੋੜ੍ਹਾ ਜਿਹਾ ਉਹ ਵੀ ਇੱਕ ਐਲੀਗੇਸ਼ਨ ਮੁਸਲਿਮ ਸਮਾਜ ਵੱਲੋਂ ਪ੍ਰੈਸ ਨੂੰ ਵੀ ਫੋਨ ਕਰਕੇ ਲਾਇਆ ਜਾ ਰਿਹਾ? ਨਹੀਂ, ਸਾਡੇ ਕੋਲ ਮੈਨੂੰ ਮਿਲ ਕੇ ਕਹਿੰਦੇ ਉਹਨੇ ਦੇ ਆਰ ਫੁੱਲੀ ਸੈਟਿਸਫਾਈਡ, ਤੁਸੀਂ ਉਹਨਾਂ ਨੂੰ ਪੁੱਛ ਸਕਦੇ ਹੋ, ਫੁੱਲੀ ਸੈਟਿਸਫਾਈਡ ਨੇ, ਦਬਾਉਣ ਵਾਲੀ ਗੱਲ ਹੀ ਨਹੀਂ, ਜਦੋਂ FIR ਲੌਜ ਕਰਦੀ ਹੈ ਬੰਦਾ ਅਰੈਸਟ ਕਰ ਲਿਆ। ਥੈਂਕ ਯੂ।